ਅੱਜ ਵੀ ਤੁਸੀਂ ਵੇਖਿਆ ਵਜ਼ੀਰ ਮਸ਼ੀਰ ਵਗੈਰਾ ਵਗੈਰਾ ਗੈਰ ਮੁਲਕੀ ਵਫਦ ਪਾਕਿਸਤਾਨ ਵੀ ਆਉਂਦੇ ਨੇ, ਪਾਕਿਸਤਾਨ ਨੂੰ ਵੀ ਜਾਂਦੇ ਨੇ ਦੂਸਰਿਆਂ ਮੁਲਕਾਂ ਦੇ ਵਜ਼ੀਰਾਂ ਮਸ਼ੀਰਾਂ ਨਾਲ ਮੁਲਾਕਾਤਾਂ ਵਗੈਰਾ ਵਗੈਰਾ। ਇੱਕ ਵਫਦ ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਨੂੰ ਉਹਦੇ ਕੋਲ ਆਇਆ ਮੁਲਾਕਾਤ ਕਰਨ ਵਾਸਤੇ, ਅਤੇ ਰਾਤ ਦਾ ਟਾਈਮ ਸੀ, ਬੈਠੇ ਸਨ ਅਤੇ ਦੀਵਾ ਪਿਆ ਬਲਦਾ ਸੀ, ਚਿਰਾਗ ਜਲਦਾ ਸੀ। ਅਤੇ ਜਿਹੜਾ ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਨੂੰ ਉਹਦਾ ਗੁਲਾਮ ਸੀ ਨਾ, ਉਹਦੀ ਅੱਖ ਲੱਗ ਗਈ, ਨੀਂਦਰ ਆ ਗਈ ਉਹਨੂੰ, ਅਤੇ ਉਹ ਦੀਵਾ ਜਿਹੜਾ ਸੀ ਉਹਦੇ 'ਚ ਤੇਲ ਮੁੱਕ ਗਿਆ ਅਤੇ ਦੀਵਾ ਬੁੱਝ ਗਿਆ। ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਨੂੰ ਉਹ ਉੱਠੇ, ਉੱਠ ਕੇ ਦੀਵੇ 'ਚ ਤੇਲ ਪਾਇਆ ਅਤੇ ਦੁਬਾਰਾ ਚਿਰਾਗ ਜਲਾ ਕੇ ਦੀਵਾ ਬਾਲ ਕੇ ਅਤੇ ਫਿਰ ਬਹਿ ਗਏ। ਉਹ ਜਿਹੜਾ ਵਫਦ ਆਇਆ ਸੀ ਉਹਦੇ ਵਿੱਚੋਂ ਜੀਆਂ ਨੇ ਆਖਿਆ ਕਿ ਤੁਸੀਂ ਆਪਣੇ ਗੁਲਾਮ ਨੂੰ ਵੀ ਉਠਾ ਸਕਦੇ ਸੋ। ਉਹ ਕਾਹਦੇ ਵਾਸਤੇ ਹੁੰਦੇ ਨੇ ਨੌਕਰ, ਕਾਹਦੇ ਵਾਸਤੇ ਹੁੰਦੇ ਨੇ ਗੁਲਾਮ, ਕਾਹਦੇ ਵਾਸਤੇ ਹੁੰਦੇ ਨੇ? ਤੁਸੀਂ ਉਹਨੂੰ ਉਠਾਉਂਦੇ, ਉਹ ਉੱਠ ਕੇ ਅਤੇ ਦੀਵੇ 'ਚ ਤੇਲ ਪਾਉਂਦਾ, ਤੁਸੀਂ ਖੁਦ ਜਾ ਕੇ ਉੱਠ ਕੇ ਅਤੇ ਦੀਵੇ 'ਚ ਤੇਲ ਪਾ ਕੇ ਫਿਰ ਆ ਕੇ ਬੈਠੇ। ਉਮਰ ਰਜ਼ੀ ਅੱਲਾਹ ਤਾਲਾ ਨੂੰ ਮੁਸਕਰਾ ਕੇ ਆਖਣ ਲੱਗੇ ਕਿ ਜਦੋਂ ਮੈਂ ਉੱਠ ਕੇ ਗਿਆ ਸਾਂ ਅਤੇ ਜਦੋਂ ਮੈਂ ਆ ਕੇ ਵਾਪਸ ਬੈਠਾ ਵਾਂ, ਜਦੋਂ ਮੈਂ ਉੱਠ ਕੇ ਗਿਆ ਵਾਂ ਅਤੇ ਆ ਕੇ ਵਾਪਸ ਬੈਠਾ ਵਾਂ, ਕਿਆ ਮੇਰੇ ਕੱਦ ਬੁੱਤ ਰੰਗ ਢੰਗ ਸ਼ਾਨੋ ਸ਼ੌਕਤ ਉਹਦੇ ਦੇ ਵਿੱਚ ਕੋਈ ਫਰਕ ਤਾਂ ਨਹੀਂ ਆਇਆ ਕਿਸੇ ਕਿਸਮ ਦਾ, ਕਿ ਮੇਰਾ ਕੱਦ ਨਿੱਕਾ ਤਾਂ ਨਹੀਂ ਹੋ ਗਿਆ ਜਾਂ ਵੱਡਾ ਤਾਂ ਨਹੀਂ ਹੋ ਗਿਆ, ਜਾਂ ਮੇਰਾ ਅਹੁਦਾ ਘੱਟ ਤਾਂ ਨਹੀਂ ਗਿਆ ਜਾਂ ਵੱਧ ਤਾਂ ਨਹੀਂ ਗਿਆ, ਮਤਲਬ ਦੀਵੇ 'ਚ ਤੇਲ ਪਾ ਕੇ ਆਪ ਹੀ ਦੀਵਾ ਬਾਲਣ ਦੇ ਨਾਲ। ਉਹ ਆਖਣ ਲੱਗੇ ਨਹੀਂ, ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਅਨਹੁ ਫਰਮਾਉਣ ਲੱਗੇ ਕਿ ਇਹਨਾਂ ਚੀਜ਼ਾਂ ਨਾਲ ਫਰਕ ਨਹੀਂ ਪੈਂਦਾ, ਇਹਨਾਂ ਚੀਜ਼ਾਂ ਨਾਲ ਫਰਕ ਨਹੀਂ ਪੈਂਦਾ, ਇਹਨਾਂ ਚੀਜ਼ਾਂ ਦੇ ਨਾਲ ਬੰਦੇ ਦੀ ਸ਼ਖਸੀਅਤ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਅਗਰ ਕਿਸੇ ਮਾੜੇ ਬੰਦੇ ਨੂੰ, ਕਿਸੇ ਵਡੇਰੇ ਬੰਦੇ ਨੂੰ ਝੁੱਕ ਕੇ ਸਲਾਮ ਕਰੀਏ, ਨਿਊ ਕੇ ਸਲਾਮ ਕਰੀਏ, ਤੇ ਕੱਦ ਛੋਟਾ ਨਹੀਂ ਹੁੰਦਾ। ਬੜੇ ਬਾਰੀਕ ਬੜੇ ਦਾਨਸ਼ਵਰ ਬੰਦੇ ਸਨ ਬੈਠੇ ਤਸ਼ਰੀਫ ਫਰਮਾ ਸਨ ਕਿ ਉਹਨਾਂ ਦੇ ਸਾਹਮਣੇ ਇੱਕ ਬੰਦਾ ਆਇਆ ਬੜਾ ਸੋਹਣਾ ਲਿਬਾਸ ਪਾ ਕੇ, ਹੱਥ ਦੇ ਵਿੱਚ ਲਾਠੀ ਫੜੀ, ਖੁੰਡੀ ਫੜੀ, ਸਿਰ ਦੇ ਉੱਤੇ ਸ਼ਿਮਲੇ ਵਾਲੀ ਪੱਗ ਬਣੀ ਜਿਹਦਾ ਉੱਚਾ ਲੰਮਾ ਜਿਹਾ ਧੁਰਾ ਨਹੀਂ ਹੁੰਦਾ, ਅਤੇ ਇੱਕ ਪਾਸੋਂ ਲੜ ਲਮਕਦਾ ਹੁੰਦਾ, ਉਹ ਵੱਡੀ ਪੱਗ ਬੰਨੀ, ਹੈ ਸੋਹਣੇ ਆਕੜੇ ਕੱਪੜੇ ਪਾਏ, ਹੱਥ 'ਚ ਖੁੰਡੀ ਫੜੀ, ਅਤੇ ਟਹਿਲਦਾ ਨਾ ਇੰਝ ਕਰਕੇ ਬੜਾ ਆਕੜਦਾ ਹੋਇਆ ਉਹਨਾਂ ਦੇ ਸਾਹਮਣੇ ਆ ਕੇ ਇੰਝ ਖਲੋਤਾ, ਅਤੇ ਉਹ ਬਜ਼ੁਰਗ ਉਹਦੇ ਵੱਲ ਵਹਿੰਦੇ ਰਹੇ, ਵੇਖ ਕੇ ਨਾ ਤਾਂ ਮੁਤਾਸਰ ਨਹੀਂ ਹੋਏ, ਆ ਬਿਲਕੁਲ ਉਹਦੇ ਨੂੰ ਉੱਕਾ ਬਿਲਕੁਲ ਇੰਪ੍ਰੈਸ ਨਹੀਂ ਹੋਏ ਕਿ ਬੜੇ ਸੋਹਣੇ ਕੱਪੜੇ ਅਤੇ ਬੜੀ ਜਾਹੋ ਜਲਾਲ ਅਤੇ ਬੜੀ ਸੋਹਣੀ ਖੁੰਡੀ ਅਤੇ ਬੜਾ ਵੱਡਾ ਸਾਰਾ ਧੁਰਾ ਮੇਰਾ ਮਤਲਬ ਕੱਢ ਕੇ ਪੱਗਦਾ ਹੋਇਆ। ਦੁਆ ਕੇ ਸਾਹਮਣੇ ਖਲੋਤਾ ਨਾ, ਅਤੇ ਬਜ਼ੁਰਗ ਮੁਸਕਰਾ ਕੇ ਅਤੇ ਆਖਣ ਲੱਗੇ ਚੱਲ ਠੀਕ ਹੈ, ਹੁਣ ਮੂੰਹ ਬੋਲ, ਮੂੰਹ ਫੁੱਟ, ਹੁਣ ਕੁਝ ਬੋਲ, ਗੱਲ ਕਰ, ਜ਼ੁਬਾਨ ਖੋਲ ਤਾਂ ਕਿ ਪਤਾ ਚੱਲੇ ਕਿ ਤੂੰ ਕੀ ਸਹਿਮੇ, ਕਿਉਂਕਿ ਇਨਸਾਨ ਆਪਣੀ ਜ਼ੁਬਾਨ ਦੇ ਪਿੱਛੇ ਛੁਪਿਆ ਹੁੰਦਾ। ਅਗਰ ਕਿਸੇ ਬੰਦੇ ਨੂੰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਬੰਦਾ ਕੀ ਸਹਿਮੇ, ਤਾਂ ਉਹਨੂੰ ਬੋਲਣ ਦਾ ਮੌਕਾ ਦਿਓ, ਕਿਉਂਕਿ ਇਨਸਾਨ ਆਪਣੀ ਜ਼ੁਬਾਨ ਦੇ ਪਿੱਛੇ ਛੁਪਿਆ। ਮੌਲਾ ਅਲੀ ਕਰਮੁੱਲਾ ਵਜਹੁ ਸ਼ੇਰੇ ਖੁਦਾ ਫਰਮਾਉਂਦੇ ਨੇ ਕਿ ਇਨਸਾਨ ਇੱਕ ਦੁਕਾਨ ਹੈ ਅਤੇ ਉਹਦੀ ਜ਼ੁਬਾਨ ਉਹਦਾ ਤਾਲਾ ਹੈ, ਇਹ ਤਾਲਾ ਖੁੱਲ੍ਹੇਗਾ ਤਾਂ ਪਤਾ ਲੱਗੇਗਾ ਕਿ ਦੁਕਾਨ ਸੋਨੇ ਦੀ ਹੈ ਜਾਂ ਕੋਇਲੇ ਦੀ। ਅੰਦਰ ਕਚਰਾ ਹੀ ਜਮ੍ਹਾਂ ਹੋਇਆ ਕਿ ਜਾਗੋ ਲਾਲ ਜਵਾਹਰ ਹੀਰੇ, ਕੀ ਅੰਦਰੋਂ ਫੁੱਟਦਾ ਕੀ?